लुधियाना दे प्रीत साहित्यिक सदन ਵਿੱਚ ਬੀਤੀ ਰਾਤ ਹੋਏ ਇਸ ਮਾਗਮ ਦੌਰਾਨ ਰਜਿੰਦਰ ਟੋਕੀ ਦੀ ਪੁਸਤਕ ਆਪਣੀ ਤਲਾਸ਼ ਦਾ ਹਾਸਲ ਤੇ ਰakesh ਪ੍ਰੇਮ ਦੀ ਪੁਸਤਕ ਕਵਿਤਾ ਮੇ ਜੀਤੇ ਹੋਏ ਲੋਕ ਅਰਪਣ ਕੀਤੀਆਂ ਗਈਆਂ ਯੁਵਾ ਕਵੀ ਅਲੋਚਕ ਕਮਲਪੂਰੀ ਨੇ ਡਾਕਟਰ ਟੋਕੀ ਦੀ ਕਿਤਾਬ ਉਤੇ ਪਰਚਾ ਪੜਿਆ ਮਨੋਜ ਪ੍ਰੀਤ ਵੱਲੋਂ राकेश ਪ੍ਰੇਮ ਦੀ ਪੁਸਤਕ ਬਾਰੇ ਪ੍ਰੋਫੈਸਰ ਨੀਲਮਦਾ ਲਿਖਿਆ ਪਰਚਾ ਪੜਿਆਂ ਗਿਆ ਵਾਕ ਵਾਕ ਸ਼ਾਇਰਾਂ ਤੋਂ ਆਏ ਕਵੀਆਂ ਨੇ ਕਵਿਤਾ ਪਾਠ ਕੀਤਾ ਮੁੱਖ ਮਹਿਮਾਨ ਮੋਹਨ ਬੇਗੋਵਾਲ ਨੇ ਅੱਜ ਦੇ ਕਮੀਆਂ ਨੂੰ ਪਵਿੱਖ ਦੱਸਿਆ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਭਾਰਤੀ ਸੂਚਨਾ ਸੇਵਾ ਦੇ ਸਾਬਕਾ ਅਧਿਕਾਰੀ ਬਲਵਿੰਦਰ ਸਿੰਘ ਅਤਰੀ ਨੇ ਕਿਹਾ ਕਿ ਸੋਸ਼ਲ ਮੀਡੀਆ ਕਾਰਨ ਸਾਹਿਤ ਦੇ ਪ੍ਰਚਾਰ ਪਸਾਰ ਵਿੱਚ ਚੋਖਾਵਾਦਾ ਹੋਇਆ ਹੈ ਡਾਕਟਰ ਬਲਵਿੰਦਰ ਸਿੰਘ ਨੇ ਪਰਮਾਭਾਸ਼ਲੀ ਮੰਚ ਸੰਚਾਲਨ ਕੀਤਾ